ਅੱਛਾ ਫਿਰ ਤੁਹਾਨੂੰ ਪਤਾ ਹੀ ਹੈ ਕਿ 11/12/2019 ਦੀ ਦਰਮਿਆਨੀ ਰਾਤ ਨੂੰ ਪੁਰਸ਼ੋਤਮ ਲਾਲ ਉਤਰਾ ਸਰਾਜ ਆੜ੍ਹਤੀ ਆ ਜੋ ਗ੍ਰਿਡ ਕਲੋਨੀ 'ਚ ਰਹਿੰਦੇ ਆ ਉਹ ਜੋ ਸਵੇਰੇ 4:15 ਸੈਰ ਕਰਨ ਲਈ ਬਾਹਰ ਨਿਕਲਿਆ ਔਰ ਆਪਣੇ ਬਾਹਰਲਾ ਦਰਵਾਜ਼ਾ ਜਿਹੜਾ ਗਲੀ 'ਤੇ ਦਰਵਾਜ਼ਾ ਸੀ ਉਹਨੂੰ ਗੇਟ ਨੂੰ ਤਾਲਾ ਲਾ ਕੇ ਘਰੋਂ ਚਲਾ ਗਿਆ ਘਰ ਦੇ ਵਿੱਚ ਉਹਦੀ ਵਾਈਫ ਉਹਦੇ ਬੱਚੇ ਸਾਰੇ ਜਿਹੜਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਜਦੋਂ ਉਹਨੇ ਵਾਪਸ ਆ ਕੇ ਦੇਖਿਆ ਉਹਦਾ ਬਾਹਰਲਾ ਤਾਲਾ ਟੁੱਟਿਆ ਹੋਇਆ ਸੀ ਜਿਹੜਾ ਉਹਦੀ ਕੋਠੀ ਦੇ ਅੰਦਰ ਕਮਰੇ ਦਾ ਦਰਵਾਜ਼ਾ ਸੀ ਉਹ ਖੁੱਲ੍ਹਾ ਛਿੜ ਕੇ ਗਿਆ ਹੋਇਆ ਸੀ ਜਦੋਂ ਅੰਦਰ ਵੜਿਆ ਤਾਂ ਉਹਨੇ ਦੇਖਿਆ ਕਿ ਜਿਹੜਾ ਸਟੋਰ ਸੀ ਕਮਰਿਆਂ ਦੇ ਨਾਲ ਸਟੋਰ ਦੇ ਵਿੱਚ ਅਲਮਾਰੀ ਲੋਹੇ ਦੀ ਗੌਂਡਰੀ ਦੀ ਅਲਮਾਰੀ ਪਈ ਹੋਈ ਸੀ ਟੁੱਟੀ ਪਈ ਸੀ ਉਹ ਅਲਮਾਰੀ ਟੁੱਟੀ ਹੋਈ ਸੀ ਉਹਨੇ ਦੇਖਿਆ ਉੱਥੇ ਦਾ ਜਿਹੜਾ ਕੁਛ ਗਹਿਣੇ ਔਰ ਨਗਦੀ ਸੀ ਉਹ ਜਿਹੜੀ ਉੱਥੋਂ ਗਾਇਬ ਸੀ ਇੱਧਰ ਉਹ ਦੇਖਿਆ ਹੋਰ ਵੀ ਸਮਾਨ ਖੁੱਲ੍ਹਿਆ ਹੋਇਆ ਸੀ ਤਾਂ ਜਦੋਂ ਉਹਨੇ ਸਾਰਾ ਦੇਖਿਆ ਤਾਂ ਲਗਭਗ ਉਹਨਾਂ ਦਾ 38 ਤੋਲੇ ਸੋਨਾ ਔਰ 1,00,000 ਔਰ ਕੁਛ ਜਿਹੜਾ ਕੈਸ਼ ਸੀ ਉਹ ਗਾਇਬ ਸੀ ਔਰ ਇਹ ਜਿਹੜਾ ਘਟਨਾ ਹੈ ਲਗਭਗ 25-30 ਮਿੰਟ ਦੇ ਵਿੱਚ ਜਿਹੜੀ ਹੈ ਕਿਉਂਕਿ 4:30 ਵਾਪਸ ਘਰ ਨੂੰ ਆ ਗਏ ਸੀ ਜਿਸ ਦੀ ਇਤਲਾਹ ਉਹਨਾਂ ਨੇ ਥਾਣਾ ਮੁਕਰੇ SHO ਰਘਵੀਰ ਸਿੰਘ ਨੂੰ ਦਿੱਤੀ ਰਘਵੀਰ ਸਿੰਘ ਮਾਮਲਾ ਸਾਡੇ ਜਾਂਚ ਕਰਦਾ ਸਿੰਘ ਸੀਨੀਅਰ ਅਫਸਰ ਦਾ ਜਾਂਚ ਲਿਆ ਕੇ ਇਹ 'ਤੇ ਮੁਕੱਦਮਾ ਦਰਜ ਕੀਤਾ ਪੁਰਸ਼ੋਤਮ ਲਾਲ ਜੀ ਦੇ ਬਿਆਨ 'ਤੇ FIR ਨੰਬਰ 109 12/9/2019 ਅਧੀਨ ਧਾਰਾ 380-457 PC ਦੌਰਾਨੇ ਤਫਤੀਸ਼ ਮੁਦਈਆਂ ਦੇ ਸਹਿਯੋਗ ਨਾਲ ਔਰ ਸ਼ਹਿਰ ਵਾਸੀਆਂ ਦੇ ਜਿਹੜਾ ਸਹਿਯੋਗ ਨਾਲ ਸਾਨੂੰ ਕੈਮਰੇ ਜਿਹੜੀ ਫੁਟੇਜ ਮਿਲੀ ਜੋ ਮੇਰੇ ਕੋਲ ਸਪਾਰਟੀ ਨੂੰ ਫੁਟੇਜ ਨੂੰ ਚੈੱਕ ਕੀਤਾ ਚੈੱਕ ਕਰਨ 'ਤੇ ਉਹਦੀ ਫੋਟੋਗ੍ਰਾਫ ਤਿਆਰ ਕਰਵਾਈ ਔਰ ਉਹਨਾਂ ਦੀ ਜਿਹੜੀ ਸ਼ਨਾਖਤ ਜਿਹੜੀ ਹੈ ਸ਼ੱਕ ਦੇ ਆਧਾਰ 'ਤੇ ਕਿਉਂਕਿ ਉਸ ਟਾਈਮ ਘਟਨਾ ਦੇ ਟਾਈਮ 'ਤੇ ਉਹ ਜਿਹੜੇ ਬੰਦਿਆਂ ਦੀ ਜਿਹੜੀ ਹੈਗੀ ਆ ਉਹ ਫੁਟੇਜ ਦੇ ਵਿੱਚ ਜਿਹੜੀ ਫੋਟੋ ਆ ਰਹੀ ਸੀ ਕੈਮਰੇ ਦੇ ਵਿੱਚ ਤਾਂ ਸ਼ੱਕ ਦੇ ਆਧਾਰ 'ਤੇ ਅਸੀਂ ਉਹਦੀਆਂ ਫੋਟੋ ਤਿਆਰ ਕਰਾ ਕੇ ਆਲੇ ਦੁਆਲੇ ਦੇ ਥਾਣਿਆਂ ਵਿੱਚ ਔਰ ਟੋਹਾਣਾ ਕਸਬੇ ਵਿੱਚ ਸ਼ਨਾਖਤ ਲਈ ਭੇਜੀ ਜਿੱਥੋਂ ਤੁਹਾਨੂੰ ਜਿਹੜਾ ਉਹਨਾਂ ਦੀ ਸ਼ਨਾਖਤ ਜਿਹੜੀ ਹੈ ਹੋ ਗਈ ਔਰ ਪਤਾ ਲੱਗਾ ਕਿ ਇਹ ਨਾਮਵਰ ਜਿਹੜਾ ਹੈ ਅਮਿਤੂਤਾ ਇੱਕ ਨਾਮਵਰ ਗੈਂਗ ਦਾ ਮੈਂਬਰ ਹੈ ਜਿਹੜਾ ਲੁੱਟਾਖੋਹ ਦਾ ਕੰਮ ਕਰਦਾ ਹੈ ਅਤੇ ਇਹ ਤਿੰਨੋਂ ਜਿਹੜੇ ਦੂਸਰੇ ਦੋਨੋਂ ਦੇ ਸਾਥੀ ਨੇ ਜਿਹੜੇ ਕਿ ਢੋਲੇ ਦੇ ਨੇ ਉਸ 'ਤੇ ਅਮਿਤ ਕੁਮਾਰ ਰਤੂਤਾ ਸੁਨੀਲ ਕੁਮਾਰ ਚਿਕਨਾ ਅਤੇ ਸਾਗਰ ਪੁੱਤਰ ਜਿਹੜਾ ਹੈ ਤੀਰਥ ਟੋਹਾਣਾ ਕਲੋਨੀ ਦੇ ਵਿੱਚ ਰਹਿੰਦੇ ਨੇ ਇਹ ਤਿੰਨੋਂ ਜਿਹੜੇ ਇਸ ਮੁਕੱਦਮੇ ਦੇ ਵਿੱਚ ਸ਼ਾਮਲ ਹੋਣ ਪੈ ਗਏ ਇਸ ਘਟਨਾ ਨਾਲ ਜੁੜੇ ਹੋਏ ਸੀ ਤਾਂ ਇਹਨਾਂ ਨੂੰ ਇਸ ਮੁਕੱਦਮੇ ਜਿਹੜਾ ਹੈ ਦੌਰਾਨੇ ਤਫਤੀਸ਼ ਜਿਹੜਾ ਹੈ ਨਾਮਜ਼ਦ ਕੀਤਾ ਗਿਆ ਸਾਰਾ ਮਾਮਲਾ ਮਾਨਯੋਗ SSP ਸਾਹਿਬ ਡਾਕਟਰ ਸੰਦੀਪ ਕੁਮਾਰ ਗਰਗ IPS ਸੰਗਰੂਰ ਦੇ ਧਿਆਨ 'ਚ ਲਿਆਂਦਾ ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਉਹਨਾਂ ਦੀ ਗਾਈਡਲਾਈਨ 'ਤੇ ਅਸੀਂ ਇਸ ਮੁਕੱਦਮੇ ਦੀ ਜਿਹੜੀ ਹੈ ਤਫਤੀਸ਼ ਸਾਇੰਟੀਫਿਕ ਤਰੀਕੇ ਨਾਲ ਕੀਤੀ ਟੈਕਨੀਕਲ ਵਿੰਗ ਦਾ ਸਹਾਰਾ ਲਿਆ ਗਿਆ ਤਾਂ ਟੈਕਨੀਕਲ ਵਿੰਗ ਦੇ ਸਹਾਰੇ ਨਾਲ ਸਾਨੂੰ ਜਿਹੜਾ ਇਹਦੇ ਵਿੱਚ ਕਾਫੀ ਕਾਮਯਾਬੀ ਮਿਲੀ ਸਾਨੂੰ ਚੋਰਾਂ ਦਾ ਜਿਹੜਾ ਹੈ ਉਹ ਕਨਫਰਮ ਹੋ ਗਿਆ ਕਿ ਜਿਹੜਾ ਚੋਰਨ ਕਰਨ ਵਾਲੇ ਇਹ ਚੋਰ ਉਸ ਤੋਂ ਬਾਅਦ ਪੁਲਿਸ ਪਾਰਟੀਆਂ ਬਣਾ ਕੇ ਅਸੀਂ ਰੇਡ ਵੀ ਕਰਵਾਏ ਇਹਨਾਂ ਬੰਦਿਆਂ ਦੇ ਪਾਣੀਪਤ ਵੀ ਰੇਡ ਕੀਤੇ ਟੋਹਾਣਾ ਵੀ ਰੇਡ ਕੀਤੇ SHO ਗੁਰਬੀਰ ਸਿੰਘ ਨੇ ਉਹਦੀ ਪੁਲਿਸ ਪਾਰਟੀ ਨੇ 17 ਤਰੀਕ ਨੂੰ ਜੋ ਅਮਿਤ ਕੁਮਾਰ ਧੂਤਾ ਉਹਦੀ ਵਾਈਫ ਜਿਹੜੀ ਹੈ ਮਨਜੀਤ ਕੌਰ ਜਿਹੜੀ ਹਾਜ਼ਰ ਹੈ ਸਾਹਮਣੇ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਮਦਈਆ ਨੂੰ ਵੀ ਸਾਨੂੰ ਪਤਾ ਲੱਗਾ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਹੈ ਜੇ ਇਸ ਘਟਨਾ ਦੇ ਚੋਰੀ ਦੇ ਲੁੱਟੇ ਹੋਏ ਮਾਲ ਨੂੰ ਲੈ ਕੇ ਕਿਸੇ ਪਾਸੇ ਸੋਜਿਸ਼ ਕਰਨ ਜਾ ਰਹੀ ਹੈ ਜਾਂ ਵੇਚਣ ਜਾ ਰਹੀ ਹੈ ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਘਰ ਬੈਠੇ ਸਮਾਧਾਨ ਵਸ਼ੀਕਰਨ ਕਰਨਾ ਜਾਂ ਤੋੜਨਾ ਪਿਆਰ ਵਿੱਚ ਧੋਖਾ ਲਵ ਮੈਰਿਜ ਪਤੀ ਪਤਨੀ ਵਿੱਚ ਅਣਬਣ ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਸੰਪਰਕ 70 3 49 98 81